ਅਕਾਲੀ ਦਲ ਦੇ ਅਧਿਆਕ ਅਤੇ ਪੂਰਵ ਮੁੱਖ ਮੰਤਰੀ ਸੁਖਬੀਰ ਬਾਦਲ ਹਲਕਾ ਗੁਰਦਾਸਪੁਰ ਵਿੱਚ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਦੇ ਹੱਕ ਵਿੱਚ ਚੁਣਾਵ ਪ੍ਰਚਾਰ ਕਰਨ ਪਹੁੰਚੇ। ਬਾਦਲ ਨੇ ਹਲਕਾ ਗੁਰਦਾਸਪੁਰ ਦੇ ਅਲੱਗ ਅਲੱਗ ਪਿੰਡਾਂ ਵਿੱਚ ਜਾ ਕੇ ਚੁਣਾਵ ਪ੍ਰਚਾਰ ਕੀਤਾ। ਇਸ ਮੌਕੇ ਬਾਦਲ ਦੇ ਨਾਲ ਮੰਚ ਤੇ ਪੰਜਾਬੀ ਫਿਲਮ ਸਟਾਰ ਪ੍ਰੀਤੀ ਵੀ ਚੁਣਾਵ ਪ੍ਰਚਾਰ ਕਰਨ ਪਹੁੰਚੀ। ਐਕਚੁਲੀ ਨਾ ਕੀ ਹੈ, ਮਨਪ੍ਰੀਤ ਨੂੰ ਮੁਗਲ ਜੀ ਯਾਦ ਆਉਂਦੇ ਆ, ਕਿਉਂਕਿ ਮਤਲਬ ਪੁਰਾਣੇ ਜ਼ਮਾਨੇ 'ਚੋਂ ਮੁਗਲ ਹੀ ਹੋਣਾ ਹੈ ਜਿਨ੍ਹਾਂ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਸੀ, ਕਿਉਂਕਿ ਤੁਸੀਂ ਬੋਲੀ ਵੀ ਦੇਖੋ, ਉਹੀ ਬੋਲੀ ਬੋਲਣਗੇ, ਉਹਦੀ ਸ਼ਾਇਰੀ ਕਰਨਗੇ, ਉਹਦੇ ਆਹ ਕਰਨਗੇ। ਸੋ ਉਹ ਆਪਣੀ ਮੁਗਲਾਂ ਦੀ ਪੁਰਾਣੀ ਰੂਹ ਉਹਨਾਂ 'ਚ ਆ ਗਈ ਹੈ। ਮਨਪ੍ਰੀਤ ਬਾਦਲ ਕਹਿੰਦੇ ਨੇ ਜਲਦ ਕਿਸਾਨਾਂ ਦਾ ਕਰਜ਼ਾ ਪੰਜਾਬ ਸਰਕਾਰ ਮਾਫ਼ ਕਰਨ ਜਾ ਰਹੀ ਹੈ, ਖੁਦ ਆਪ ਕਰਜ਼ਾ ਜਿਹੜਾ ਹੈਗਾ ਉਹ ਚੁੱਕ ਕੇ। ਉਹ ਕੀ ਹੈ ਕਿ ਪਿਛਲੇ 6 ਮਹੀਨਿਆਂ ਦੇ ਜਲਦੀ ਕਰ ਰਹੇ ਹੈ, ਜਲਦੀ ਕਰ ਰਹੇ ਹੈ। ਜੇ ਉਹਨਾਂ ਦੇ ਮਨ 'ਚ ਹੁੰਦਾ ਤਾਂ ਇਲੈਕਸ਼ਨ ਤੋਂ ਪਹਿਲੇ ਕਰ ਦੇਣਾ ਸੀ ਉਹਨਾਂ ਨੇ, ਕਿਉਂਕਿ ਹੁਣ ਇਲੈਕਸ਼ਨ ਤਾਂ ਨਹੀਂ ਕੀਤਾ, ਉਹਨਾਂ ਨੇ ਕਰਨਾ ਹੀ ਨਹੀਂ ਹੈ। ਸਰਕਾਰ ਦਾ ਫੇਲੀਅਰ ਕਿਉਂ ਹੈ ਕਰਜ਼ ਮਾਫ਼ੀ ਦੇ ਦੌਰਾਨ? ਪੰਜਾਬ ਦੀ ਸਰਕਾਰ ਝੂਠਾਂ 'ਤੇ ਨਿਰਭਰ ਹੈ। ਉਹਨਾਂ ਨੇ ਕਰਜ਼ਾ ਮਾਫ਼ੀ ਕਿਹਾ ਸੀ, ਪਹਿਲੇ ਕਹਿੰਦੇ 90,000 ਕਰਜ਼ਾ ਮਾਫ਼ ਕਰਾਂਗੇ, ਹੁਣ 1500 'ਤੇ ਆ ਗਏ। 90,000 ਕਰੋੜ ਕਿੱਥੇ, 90,000 ਕਰੋੜ ਕਿੱਥੇ, 1500 ਕਰੋੜ। ਫਿਰ ਕਹਿੰਦੇ ਘਰ ਘਰ ਨੌਕਰੀ ਦੇਵੋਂਗੇ, ਹੁਣ ਕਿੱਧਰ ਗਈਆਂ। 2500 ਕਹਿੰਦੇ ਪੈਨਸ਼ਨ ਦੇਵਾਂਗੇ, ਜਦੋਂ ਦੀ ਸਰਕਾਰ ਬਣੀ ਹੈ 1 ਰੁਪਿਆ ਪੈਨਸ਼ਨ ਬਜ਼ੁਰਗ ਨੂੰ ਨਹੀਂ ਆਈ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।